ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਕ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਸਵਰਗਵਾਸੀ ਸਰਦਾਰ ਮਹਿੰਦਰ ਸਿੰਘ ਜੀ ਕਲਿਆਣ ਜੀ ਨੂੰ ਆਪ ਜੀ ਜਿੰਨੀ ਸਵਾਸਾਂ ਦੀ ਪੂੰਜੀ ਬਖਸ਼ੀ ਸੀ ਸੋ ਸਵਾਸਾਂ ਦੀ ਪੂੰਜੀ ਨੂੰ ਨਿਭਾਉਂਦਿਆਂ ਹੋਇਆ ਇਸ ਫਾਨੀ ਸੰਸਾਰ ਨੂੰ ਕੁਝ ਸਮਾਂ ਕਹਿਦਾ ਸਦੀਵੀ ਵਿਛੋੜਾ ਦੇ ਗੁਰਜਨ ਆਪ ਜੀ ਦੇ ਚਰਨ ਕਮਲਾਂ ਪਾਹ ਜਾ ਬਰਾਜਨ ਸੱਚੇ ਪਾਤਸ਼ਾਹ ਜੀ ਉਹਨਾਂ ਕੋ ਰਸਤਾ ਬਸਤਾ ਤਿਰਮੁਲ ਮਾਇਆ ਭੇਟਾ ਆਏ ਹੈ ਜੀ ਸੋ ਭੰਡਾਰੇ ਭਰਪੂਰ ਕਰਦੇ ਸੇਵਕਾਂ ਦੇ ਲੋਕ ਪ੍ਰਲੋਕ ਪ੍ਰਦੇਕ ਜਿਹਨੇ ਜੀ ਆਈ ਸਰਬੱਤ ਸੰਤ ਦੀ ਹਾਜ਼ਰੀ ਪ੍ਰਵਾਨ ਕਰਨੀ ਕਰੋ ਕਿਰਪਾ ਜੀ ਪਾਵਨ ਹੁਕਮ ਬਖਸ਼ ਦੀ ਕਿਰਪਾਲਤਾ ਕਰੋ ਜੀ ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ੋ ਉਪਰੰਤ ਦੀਵਾਨਾਂ ਦੀ ਸਮਾਪਤੀ ਕਰਨ ਦੀ ਆਗਿਆ ਬਖਸ਼ੋ ਸਰਬੱਤ ਗੁਰਸਿੱਖ ਪੜ੍ਹਦੇ ਸੁਣਦੇ ਲਾਹੇਵੰਦ ਹੋਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ
जो हर नाम ते आवे तिन डर सट कतिया। जुगा जुगा जो जीव इस धरती से जन्म लेता है वो अकाल पुरख के विधान अनुसार एक ना एक दिन उसनों अकाल पुरख के चरणों में जाना पड़ता है। सो सरदार महिंदर सिंह जी अकाल पुरख के बाणी में रहते हुए अकाल चलाना कर गए सन, उन्होंने भी रखे गए सहज पाठ हो गए। बोले सो निहाल सिंह जी कल्याण 1932 में पिंड बुरज केमा तहसील रायकोट जिला लुधियाना पैदा हुए थे और उन्होंने पिता जी साहब पूरन सिंह जी और माता चंद कौर के घर पैदा हुए थे और उन्होंने पिंड के पंचों फिर पिंड के सरपंच जदों साडे विचों साहब महिंदर सिंह कल्याण प्रोग प्यारे करके हैं उन्होंने दी अमरदास शाम हो गुरबाणी का कथन रहना पावे सोनर देवा ऊर सुधारे कर मुंजन सेवा। अगली तो बड़ी हैरानी लग साहब ने कही है जीव बैठे जिन्हें हर हर त्याया इतने देखे साढ़े बहुत ही सारे दे सत्कार योग मान योग सरदार महिंदर सिंह कल्याण साहब सबका एम पी उन्होंने अपंत अरदास जुड़ बैठे हैं। उन्हें मेरे तो पहला बोलते हुए जंग बहादुर जी इतने दोस्त मित्र रिश्तेदार ऑफिसर साहबान साढ़े पोलीटिकल लीडर सारिया पार्टिया ने श्रोमी अकाली दल तो आप तो कांग्रेस के लीडर साहबान आए हैं तुम सारे जने सरदार महिंदर सिंह कल्याण जी की अंतम अरदास शामिल हो तो सारे का धन्यवाद भी किया जाता है। गुरु करी
Thank you.
Allah, 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 All
Thank you.
जो सुपना अर्पितना ऐसी जग को जान इनमें किस्सा तो नहीं नारक बिन भगवान जग रचना सब चून है जान रोरे गीता
ਤੇਰਾ ਸੇਵ ਕਮਾਈਐ ਤਾਂ ਦਰਗਹਿ ਬੈਸਣ ਪਾਈਐ ਆਪੇ ਹੀ ਕਰਣਾ ਕਿਉਂਕਿ ਆਪੇ ਹੀ ਤੇ ਪਾਈਐ Thank you.
ਰੂਪ ਪਵਣੀ ਗੁਰੂ ਪਾਣੀ ਪਿਤਾ ਮਾਤਾ ਤਤ ਮਾਤ ਦਿਸ ਰਾਤ ਵਿਦਾਈ ਦਾਇਆ ਖਿਲੈ ਸਗਲ ਜਗਤ ਜਗਿਆਈਆਂ ਬੁਰਿਆਈਆਂ ਹਰਿ ਧਰਮ ਗੁਰ ਕਰਮੀ ਆਪੋ ਆਪਣੀ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿੱਤੇ ਸਤਿਗੁਰ ਜਾਏ ਕੇ ਬਹਾਦਰ ਸਿਮਰੈ ਪਰ ਨਾਮ ਦੇ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਰੀਆਂ ਮੁਕਤਿਆਂ ਮਿੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਹੀ ਤੇ ਗਵਾਹੀ ਦੇਖ ਕੇ ਅਨਡਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਨੇ ਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਨੀਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਾਏ ਗੁਰਦੁਆਰਿਆਂ ਦੀ ਸੇਵਾ ਦੇ ਕੁਰਬਾਨੀਆਂ ਦਿੱਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਮਹਾਈ ਤਿੰਨਾਂ ਦੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਸਰਬੱਤ ਖਾਲਸਾ ਜੀ ਦੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤੇ ਆਵੈ ਚਿਤੇ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਖ ਕੇ ਫਤਿਹ ਬਿਰਦਗੀ ਪੈਜ ਪੰਥ ਕੀ ਜੀ ਸ਼੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੇ ਮਤ ਕਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਉ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਗਰੀਬ ਨਿਵਾਸ ਸਤਿਗੁਰੂ ਸਾਹਿਬ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਸੱਚੇ ਪਾਤਸ਼ਾਹ ਜੀਓ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੀ ਘੱਲੇ ਆਵੈ ਨਾਨਕਾ ਸਦੇ ਉੱਤਰੀ ਜਾਹਿਦ ਮਹਾਵਾਕਾ ਅਨੁਸਾਰ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਦਰ ਘਰ ਦਿੱਤੇ ਦਵਾਨ ਸਵਰਗਵਾਸੀ ਸਰਦਾਰ ਮਹਿੰਦਰ ਸਿੰਘ ਜੀ ਕਲਿਆਣ ਜੀ ਨੂੰ ਆਪ ਜੀ ਜਿੰਨੀ ਸਵਾਸਾਂ ਦੀ ਪੂੰਜੀ ਬਖਸ਼ੀ ਸੀ ਸੋ ਸਵਾਸਾਂ ਦੀ ਪੂੰਜੀ ਨੂੰ ਨਿਭਾਉਂਦਿਆਂ ਹੋਇਆ ਇਸ ਫਾਨੀ ਸੰਸਾਰ ਨੂੰ ਕੁਝ ਸਮਾਂ ਕਹਿਦਾ
ਸਦੀਵੀ ਛੋੜਾ ਜੇ ਜੁਗਨ ਆਪ ਜੀ ਚਰਨ ਕਮਲਾ ਪਾਹ ਜਾ ਰਾਜਨ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਅੰਤਿਮ ਅਰਦਾਸ ਦੇ ਵਾਸਤੇ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਦੇ ਮਹਾਵਾਕਾਂ ਅਨੁਸਾਰ ਸਮੂਹ ਸਿੱਖ ਪਰਿਵਾਰ ਨੇ ਆਪ ਜੀ ਦਾ ਔਰ ਆਸਰਾ ਲਿਆ ਸੱਚੇ ਪਾਤਸ਼ਾਹ ਜੀਓ ਮਿੱਠੀ ਜਾਤ ਨੂੰ ਘਰਕਦਿਆਂ ਤੁਰਕੀ ਬਾਣੀ ਆਏ ਤਿੰਨ ਸਗਲੇ ਚਿੰਤ ਮਿਟਾਏ ਦੇ ਮਹਾਵਾਕਾਂ ਅਨੁਸਾਰ ਅੱਜ ਤੋਂ ਕਈ ਰੋਜ਼ ਪਹਿਲਾਂ ਗ੍ਰਹਿ ਵਿਖੇ ਸ੍ਰੀ ਸਾਹਿਬ ਪਟਪਰਾ ਆਰੰਭ ਹੋਏ ਸਨ ਜੋ ਆਪ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਅੰਮ੍ਰਿਤ ਵੇਲੇ ਆਪ ਤੋਂ ਮੱਧ ਮੱਧ ਸੰਪੂਰਨ ਨਿਰਵਿਘਤਾ ਸਤਿ ਸ੍ਰੀ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਆਪ ਜੀ ਦੀ ਹਜ਼ੂਰੀ ਵਿਖੇ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਦੇ ਅੰਦਰ ਇਲਾਹੀ ਗੁਰਬਾਣੀ ਦਾ ਕੀਰਤਨ ਆਨੰਦ ਸੱਚੇ ਪੌੜੀਆਂ ਜਾਪ ਜੀ ਦੀ ਅਰਦਾਸ ਬੇਨਤੀ ਹੈ ਕਿ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਸਮੁੱਚੀ ਸੇਵਾ ਨਿਭਾਉਂਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋ ਜਾਂਦੀਆਂ ਨੇ ਅਣਜਾਣ ਬੱਚੇ ਜਾਣ ਕੇ ਮਾਫ਼ ਕਰ ਦੇਣਾ ਜੀ ਅੱਗੇ ਤੋਂ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਸੇਵਾ ਕਰਨ ਦੇ ਬਲ ਬਖਸ਼ੀ ਕਿਸਮਤ ਬਖਸ਼ੀ ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਦੇ ਅੰਦਰ ਵਸਾਉਣਾ ਜੀ ਇਸੇ ਸਮੇਂ ਨੂੰ ਮੁੱਖ ਰੱਖਦੇ ਹਾਂ ਜੋ ਸੁੰਦਰ ਮਾਲੀ ਵੈਸ਼ਾਖੇ ਭੇਟਾ ਕੀਤੇ ਗਏ ਆਪ ਜੀ ਦੇ ਅੰਗੀ ਲਾਇਕ ਹੋਣ ਉਸ ਵਿਛੜੀ ਹੋਈ ਰੂਹ ਨੂੰ ਚਰਨ ਕਮਲਾ ਪਾਸ ਨਿਵਾਸ ਬਖਸ਼ਣਾ ਆਵਾਗਮਨ ਦੇ ਚੱਕਰ ਤੋਂ ਮੁਕਤ ਕਰਾਉਣਾ ਜੀ ਮਾਤ ਲੋਕ ਵਿੱਚ ਵਿਚਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋਈਆਂ ਹੋਣਗੀਆਂ ਅਣਜਾਣ ਬੱਚੇ ਜਾਣ ਕੇ ਮੁਆਫ਼ ਕਰ ਦੇਣਾ ਜੀ ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਸਾਰੇ ਪਰਿਵਾਰ ਦੇ ਸਿਰ ਤੇ ਮਿਹਰ ਪ੍ਰਿਆ ਹੱਥ ਰੱਖਣਾ ਕਦਮ ਕਦਮ ਲੇਖੇ ਚਲਾਉਣੇ ਦਰੋਂ ਘਰੋਂ ਸਿੱਖੀ ਜੀਵਨਦਾਰ ਨਾਮ ਬਾਣੀ ਦਾ ਅਭਿਆਸ ਚਰਨਾਂ ਦੇ ਪ੍ਰੇਤ ਬਖਸ਼ਣੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਬਚਾਉਣਾ ਜੀ ਦੇਹ ਅਰੋਗਤਾ ਦੀ ਦਾਤ ਬਖਸ਼ਣੀ ਕਾਰੋ ਬਾਰਾਂ ਚ ਵਾਧੇ ਕਰਨੇ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣੀ ਜਿਨ੍ਹਾਂ ਮਨੋ ਭਾਵਨਾਵਾਂ ਕਾਮਨਾਵਾਂ ਨੂੰ ਮੁੱਖ ਰੱਖ ਕੇ ਸੇਵਕਾਂ ਨੇ ਆਪ ਜੀ ਦਾ ਔਰ ਆਸਰਾ ਲਿਆ ਅਰਦਾਸਾਂ ਬੇਨਤੀਆਂ ਕਰਾਈਆਂ ਸੋ ਸੇਵਕਾਂ ਦੀਆਂ ਮਨੋ ਭਾਵਨਾਵਾਂ ਕਾਮਨਾਵਾਂ ਗ੍ਰੰਥ ਅਨੁਸਾਰ ਪੂਰੀਆਂ ਕਰਨੀਆਂ ਜੀ ਇਸੇ ਸਮੇਂ ਨੂੰ ਮੁੱਖ ਰੱਖਦੇ ਹਾਂ ਆਪ ਜੀ ਵੱਲੋਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਸੇਵਕ ਪਰਿਵਾਰ ਵੱਲੋਂ ਆਪ ਜੀ ਦੀ ਹਜ਼ੂਰੀ ਵਿਖੇ ਪਵਿੱਤਰ ਕੜਾਹ ਪ੍ਰਸ਼ਾਦੀ ਦੇ ਸਦਕੇ ਹਾਜ਼ਰ ਅਗਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਰਬੱਤ ਸੰਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਜੀ ਸਕੇ ਸੋ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਜਪੇ ਜੀ ਜਿਨ੍ਹਾਂ ਭੰਡਾਰਿਆਂ ਵਿੱਚੋਂ ਰਸਤਾ ਬਸਤਾ ਤ੍ਰਿਵਲ ਮਾਇਆ ਭੇਟਾ ਆਇਆ ਜੀ ਸੋ ਭੰਡਾਰੇ ਭਰਪੂਰ ਕਰਨੇ ਸੇਵਕਾਂ ਦੇ ਲੋਕ ਪ੍ਰਲੋਕ ਪ੍ਰਦੇਕ ਜਿਨੇ ਜੀ ਆਈ ਸਰਬੱਤ ਸੰਤ ਦੀ ਹਾਜ਼ਰੀ ਪ੍ਰਵਾਨ ਕਰਨੀ ਕਰੋ ਕਿਰਪਾ ਜੀ ਪਾਵਨ ਹੁਕਮ ਬਖਸ਼ ਦੀ ਕਿਰਪਾਲਤਾ ਕਰੋ ਜੀ ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ੋ ਉਪਰੰਤ ਦੀਵਾਨਾਂ ਦੀ ਸਮਾਪਤੀ ਕਰਨ ਦੀ ਆਗਿਆ ਬਖਸ਼ੋ ਸਰਬੱਤ ਗੁਰਸਿੱਖ ਪੜ੍ਹਦੇ ਸੁਣਦੇ ਲਾਹੇਵੰਦ ਹੋਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾਇਆ
दिन उस्तत होवे मन मुख परमेश सा होवे अंतर चिंता नींद ना सोवे ज्ञानी जागे सवे सुपाए नानक नाम रतियां बल जाओ पौड़ी सो हर नाम ते आवे जो हर रतियां हर एक ते आवे एक एको हर सत्यां हर एको वरते एक एको जो हर नाम ते आवे तिन डर सट करते गुरमति देवे आप गुरमुख हर जपिया जो हर नाम ते आवे तिन डर सट करते जुगो जुग डल खाए मंडल में आए जो जीव इस धरती से जन्म लेता है वो अकाल पुरख के विधान अनुसार एक ना एक दिन उसको अकाल पुरख के चरणों में जाना पड़ता है। सो सरदार महिंदर सिंह जी अकाल पुरख के बाने में रहते हुए अकाल चलाना कर गए सन उन्होंने भी लिखे गए सहज पाठ के भोग ग्रह विखे पाए गए उपरंत अंतम अरदास वड्डी गिनती विच आप जी ने शमूलियत करके परिवार नाल हमदर्दी का प्रगटावा किया है। सो परिवार बनवाइया समूह संतान का धन्यवाद है। सो हुण मैं गुरुद्वारा साहब वालों जो दस्तारां दित्तियां जाणगियां हन बेनती करांगा सरदार डॉक्टर जतेंद्र सिंह जी और सरदार इंद्रपाल सिंह जी नूं कि उह चरणा जाके जो दस्तार दिखती जानी है साढ़े गुरुद्वारा साहब के मुख्य सेवादार सरदार हरप्रीत सिंह के जी जो बेनती है कि उन्होंने दस्तार देने की कृपालता करें जी डॉक्टर जतेंद्र सिंह जी और सरदार इंद्रपाल सिंह जी बोले सो निहाल सरदार इंद्रपाल सिंह जी ਨਾਲ ਹੀ ਬੇਨਤੀ ਕਰਾਂਗਾ ਉਹਨਾਂ ਦੇ ਸਪੁੱਤਰ ਸਰਦਾਰ ਦਵਿੰਦਰਪਾਲ ਸਿੰਘ ਜੀ ਨੂੰ ਅਤੇ ਉਹਨਾਂ ਦੇ ਭਾਂਜੇ ਸਰਦਾਰ ਬਲਬੀਰ ਸਿੰਘ ਜੀ ਨੂੰ ਉਹ ਵੀ ਆ ਜਾਣ ਉਹਨਾਂ ਨੂੰ ਗੁਰੂ ਘਰ ਵੱਲੋਂ ਸੋਭਾ ਦਿੱਤਾ ਜਾਣਾ ਹੈ। ਦਵਿੰਦਰਪਾਲ ਸਿੰਘ ਜੀ ਬੋਲੇ ਸੋ ਨਿਹਾਲ ਜਿੱਥੇ ਇੰਨੀ ਵੱਡੀ ਗਿਣਤੀ ਵਿੱਚ ਸੰਤਾਂ ਪਹੁੰਚੀਆਂ ਹਨ ਬਹੁਤ ਹੀ ਨਾਮਵਰ ਹਸਤੀਆਂ ਇੱਥੇ ਪਹੁੰਚੀਆਂ ਹਨ। ਇਹਨਾਂ ਤੋਂ ਇਲਾਵਾ ਸਾਡੇ ਇਲਾਕੇ ਦੇ ਕੌਂਸਲਰ ਬੀਬੀ ਬੀਰਾਂ ਬੇਦੀ ਜੀ ਸਰਦਾਰ ਹਰਪ੍ਰੀਤ ਸਿੰਘ ਬੇਦੀ ਜੀ ਪਹੁੰਚੇ ਹਨ ਉਹਨਾਂ ਵੱਲੋਂ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ। ਹੁਣ ਅਗਲੀ ਕਾਰਵਾਈ ਮਹਿੰਦਰ ਸਿੰਘ ਜੀ ਕਲਿਆਣ 1932 ਵਿੱਚ ਪਿੰਡ ਬੁਰਜ ਚੀਮਾ ਤਹਿਸੀਲ ਰਾਏਕੋਟ ਜ਼ਿਲ੍ਹਾ ਲੁਧਿਆਣਾ ਵਿੱਚ ਪੈਦਾ ਹੋਏ ਸੀ ਔਰ ਉਹਨਾਂ ਦੇ ਪਿਤਾ ਜੀ ਸਾਹਿਬ ਪੂਰਨ ਸਿੰਘ ਜੀ ਅਤੇ ਮਾਤਾ ਚੰਦ ਕੌਰ ਦੇ ਘਰ ਪੈਦਾ ਹੋਏ ਸੀਗੇ ਔਰ ਉਹਨਾਂ ਨੇ ਪਿੰਡ ਦੇ ਪੰਚ ਤੋਂ ਫਿਰ ਪਿੰਡ ਦੇ ਸਰਪੰਚ ਬਣੇ ਪੰਚਾਇਤ ਸਮਿਤੀ ਦੇ ਮੈਂਬਰ ਬਣੇ ਉਹ ਤੋਂ ਬਾਅਦ ਜਿਹੜੀ ਜਿਹੜੀ ਹੈ ਨਗਰ ਕੌਂਸਲ ਨਗਰ ਪੰਚਾਇਤ ਜਾਂ ਨਗਰ ਨਿਗਮ ਦੇ ਜਿਹੜੇ ਹੈ ਮੈਂਬਰ ਬਣੇ ਲੁਧਿਆਣੇ ਦੇ ਉਸ ਤੋਂ ਬਾਅਦ ਰਾਜ ਸਭਾ ਦੇ ਮੈਂਬਰ ਬਣੇ ਔਰ ਗਿਆਨੀ ਗਿਆਨ ਸਿੰਘ ਜੀ ਦੇ ਇਨਵੈਸਟਿਗੇਟਿਵ ਕੰਮ ਦੇ ਵਿੱਚ ਉਹਨਾਂ ਨੇ ਐਸੀ ਡਿਪਾਰਟਮੈਂਟ ਦਾ ਕਨਵੀਨਰ ਜਿਹੜੇ ਹੈ ਉਹ ਸੀਗੇ ਔਰ ਕਾਮਾ ਸਾਟਾ ਮਾਰੂ ਨਗਰ 'ਚ
ਜਿਹੜਾ ਸੈਸ਼ਨ ਕਾਂਗਰਸ ਦਾ 75 'ਤੇ ਲੱਗਿਆ ਸੀ ਉਹਨਾਂ ਦਾ ਬਹੁਤ ਵੱਡਾ ਰੋਲ ਸੀ। ਉਸ ਤੋਂ ਬਾਅਦ ਉਹਨਾਂ ਨੇ ਜਦੋਂ ਪਾਰਲੀਮੈਂਟ ਦੇ ਮੈਂਬਰ ਬਣੇ ਉਦੋਂ ਵੀ ਉਹਨਾਂ ਨੇ ਸ਼ਤਾਬਦੀ ਜਾਂ ਹੋਰ ਜਿਹੜੇ ਕੰਮ ਹੈ ਲੁਧਿਆਣੇ ਦੀ ਜਾਂ ਸਮੁੱਚੇ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਉਹਨਾਂ ਨੇ ਬਹੁਤ ਕੰਮ ਕੀਤੇ ਔਰ ਉਸ ਤੋਂ ਬਾਅਦ ਉਹ ਲਗਾਤਾਰ ਜਿਹੜਾ ਹੈਗਾ ਪੰਜਾਬ ਦੇ ਐਸ ਸੀ ਡਿਪਾਰਟਮੈਂਟ ਦੇ ਚੇਅਰਮੈਨ ਰਹੇ ਚਿਲ ਥੋੜ੍ਹੇ ਦੋ ਤਿੰਨ ਸਾਲ ਤੋਂ ਹੀ ਉਹਨਾਂ ਨੂੰ ਐਸ ਸੀ ਡਿਪਾਰਟਮੈਂਟ ਤੋਂ ਜਿਹੜਾ ਹੈ ਵਿਹਲਾ ਕੀਤਾ ਸੀ ਕਾਂਗਰਸ ਪਾਰਟੀ ਨੇ ਔਰ ਉਹਨਾਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਦਲਿਤ ਸਮਾਜ ਨੂੰ ਔਰ ਮੈਂ ਕਹਿਣਾ ਖਾਸ ਕਰਕੇ ਅਗਰ ਜੇ ਐਸ ਸੀ ਡਿਪਾਰਟਮੈਂਟ ਦੀ ਪੰਜਾਬ 'ਚ ਕੋਈ ਗੱਲ ਹੈ ਉਹ ਸਿਰਫ ਸਾਹਿਬ ਮਹਿੰਦਰ ਸਿੰਘ ਕਲਿਆਣ ਦੀ ਜਿਹੜੀ ਮਿਹਨਤ ਹੈ ਉਹਦਾ ਸਦਕਾ ਔਰ ਉਹਨਾਂ ਨੇ ਗ੍ਰਾਸ ਰੂਟ ਤੋਂ ਲੈ ਕੇ ਸਟੇਟ ਲੈਵਲ ਤੱਕ ਪੂਰਾ ਇਸ ਡਿਪਾਰਟਮੈਂਟ ਨੂੰ ਔਰਗੇਨਾਈਜ਼ ਕੀਤਾ ਔਰ ਕਾਂਗਰਸ ਦੀਆਂ ਨੀਤੀਆਂ 'ਤੇ ਬਹੁਤ ਹੀ ਦ੍ਰਿੜਤਾ ਨਾਲ ਉਹਨਾਂ ਨੇ ਜਿਹੜੀ ਹੈ ਸੇਵਾ ਕੀਤੀ ਹੈ ਔਰ ਮੈਨੂੰ ਤਾਂ ਇੱਕ ਲਾਜਾ ਲੱਗਦਾ ਵੀ ਸਾਹਿਬ ਮਹਿੰਦਰ ਸਿੰਘ ਕਲਿਆਣ ਜੀ ਤੋਂ ਬਾਅਦ ਸਾਨੂੰ ਦਲਿਤ ਲੀਡਰਾਂ 'ਚ ਵੀ ਇਹ ਦੇਖਣਾ ਪੈਣਾ ਵੀ ਇੰਨਾ ਸਟੈਂਡ ਲੈਣ ਵਾਲਾ ਔਰ ਦਲਿਤਾਂ ਦੀ ਮਦਦ ਕਰਨ ਵਾਲਾ ਲੀਡਰ ਜਿਹੜਾ ਹੈ ਸਾਡੇ 'ਤੇ ਕੌਣ ਹੱਥ ਰੱਖੇਗਾ ਕਿਉਂਕਿ ਇੱਕ ਜਗਰਾਉਂ ਤੋਂ ਆਇਆ ਸੋਨੂ ਟੈਂਕੂ ਜੀ ਵੱਲੋਂ ਔਰ ਸਰਦਾਰ ਚਮਸ਼ੇਰ ਸਿੰਘ ਜੀ ਵੱਲੋਂ ਮੈਂਬਰ ਪਾਰਲੀਮੈਂਟ ਰਾਜ ਸਭਾ ਅਤੇ ਆਸ਼ੂ ਜੀ ਅਤੇ ਸ੍ਰੀਮਤੀ ਸਿੰਘ ਦਾਖਾ ਜੀ ਚਰਨਜੀਤ ਜੀ ਅਗਵਾ ਗੁਰਜੰਟ ਸਿੰਘ ਜੀ ਕੁੱਤੀਵਾਲ ਐਕਸ ਐਮ ਐਲ ਏ ਸਾਹਿਬ ਮਾਮਾ ਸਦੀਕ ਜੀ ਐਕਸ ਐਮ ਐਲ ਏ ਸਾਹਿਬ ਸਰਦਾਰ ਗੁਰਦੇਵ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਸਰ ਰਾਜਕੁਮਾਰ ਜੀ ਚੱਬਿਆਲ ਸਾਹਿਬ ਜਿਹੜੇ ਸਾਡੇ ਐਮ ਐਲ ਏ ਹਨ ਔਰ ਐਸ ਸੀ ਡਿਪਾਰਟਮੈਂਟ ਦੇ ਚੇਅਰਮੈਨ ਹਨ ਮਾਨ ਸਿੰਘ ਗਰਚਾ ਜੀ ਸੀਨੀਅਰ ਅਕਾਲੀ ਵੀਰ ਸਾਹਿਬ ਮੇਜਰ ਸਿੰਘ ਭੈਣੀ ਜੀ ਬਹਾਦਰ ਸਿੰਘ ਕੂਰ ਅਤੇ ਸੁਰਿੰਦਰ ਛਿੰਦਾ ਜੀ ਲੁਧਿਆਣਾ ਤੋਂ ਅਸ਼ੋਕ ਮੱਕੜ ਜੀ ਗੋਪਾਲ ਸ਼ਰਮਾ ਪ੍ਰਧਾਨ ਜਗਰਾਉਂ ਤੋਂ ਅਤੇ ਬਲਜੋਤਨ ਵਕੀਫਾ ਜੀ ਸੰਦੋਖ ਟਿੰਕੂ ਜੀ ਅਤੇ ਬਜਾਰ ਲੋਕ ਗਾਇਕ ਪਾਲੀ ਜੀ ਸ਼ਿਵ ਕਮਲ ਸਿੰਘ ਸੰਧੂ ਜੀ ਸੰਤ ਰਾਮ ਪਾਲ ਜੀ ਦੇ ਤਰਫੋਂ ਵੀ ਸਾਡੇ ਇੱਥੇ ਉਹਨਾਂ ਦੇ ਸ਼ਰਧਾਲੂ ਆਏ ਹਨ ਪ੍ਰਗਟ ਸਿੰਘ ਜੀ ਅਤੇ ਚੇਅਰਮੈਨ ਹਨ ਫੈਡਰੇਸ਼ਨ ਦੇ ਮਾਸਟਰ ਜਗੀਰ ਸਿੰਘ ਜੀ ਕਰਵਾਨ ਸਿੰਘ ਜੀ ਸਿੱਧੂ ਜਸਵੰਤ ਸਿੰਘ ਜੀ ਖੇੜਾ ਪ੍ਰਧਾਨ ਮਨੁੱਖੀ ਅਧਿਕਾਰ ਕਮਿਸ਼ਨ ਵੈਦ ਐਰਪੀ ਸਿੰਘ ਜੀ ਅਤੇ ਉਹਨਾਂ ਤੋਂ ਇਲਾਵਾ ਐਸ ਸੀ ਡਿਪਾਰਟਮੈਂਟ ਜਿਹੜਾ ਪੰਜਾਬ ਦਾ ਹੈ ਉਹਦੇ ਫਿਰੋਜ਼ਪੁਰ ਤੋਂ ਅਮਰਜੀਤ ਸਿੰਘ ਢਾਲੂ ਅਤੇ ਬੇਅੰਤ ਸਿੰਘ ਜੀ ਦਰਸ਼ਨ ਸਿੰਘ ਜੀ ਢਿੱਲੋਂ ਚੌਕੀਦਾਰ ਅਤੇ ਹਰਬੰਸ ਸਿੰਘ ਜੀ ਸੁਖਦੇਵ ਸਿੰਘ ਜੀ ਸੂਰਪੁਰੀ ਚੱਗਾ ਸਿੰਘ ਜੀ ਮੋਹਾਲੀ ਤੋਂ ਰਜਿੰਦਰ ਸਿੰਘ ਜੀ ਅਤੇ ਭੋਲਾ ਰਜਿੰਦਰ ਸਿੰਘ ਭੋਲਾ ਬਠਿੰਡਾ ਤੋਂ ਜਸਵਿੰਦਰ ਸਿੰਘ ਸੇਖਾਂ ਫਰੀਦਕੋਟ ਤੋਂ ਮਲਕੀਤ ਚੰਦ ਜੀ ਅਤੇ ਜਗੀਰ ਸਿੰਘ ਜੀ ਮਾਸਟਰ ਜਗੀਰ ਸਿੰਘ ਜੀ ਜਿਹੜੇ ਮਾਧਮਾ ਨਾਲ ਬਹੁਤ ਹੀ ਪੁਰਾਣੇ ਉਹਨਾਂ ਦੇ ਸਾਥੀ ਹਨ ਔਰ ਅਜੀਤ ਸਿੰਘ ਭੁਨਾਲੀ ਜੀ ਅਮੇਰ ਸਿੰਘ ਢੋਲਣ ਜੀ ਰਤਨ ਸਿੰਘ ਮਾਲਪੁਰੀ ਜੀ ਔਰ ਸੋਖੀ ਰਾਮ ਜੀ ਅਸੀਂ ਸਾਰੇ ਸਾਥੀਆਂ ਦੇ ਬਹੁਤ ਬਹੁਤ ਧੰਨਵਾਦੀ ਹੈ ਬਾਬਾ ਜੀ ਔਰ ਜਿਸੇ ਕਿਸੇ ਸਾਥੀ ਦਾ ਜਾਂ ਨਾਮ ਨਹੀਂ ਲਿਆ ਗਿਆ ਉਹਦੇ ਬਾਰੇ ਮੈਂ ਮਾਫ਼ੀ ਮੰਗਦਾ ਔਰ ਬੇਦੀ ਜੀ ਦਾ ਵੀ ਕੌਂਸਲਰ ਸਾਹਿਬ ਦਾ ਸਾਨੂੰ ਸੁਨੇਹਾ ਹੋਇਆ ਔਰ ਮੈਂ ਸਰ ਮਨਮੋਹਨ ਸਿੰਘ ਜੀ ਦੋ ਮਿੰਟ ਲਈ ਆਪਣੀ ਹਾਜ਼ਰੀ ਨੇ ਲਾਉਣਗੇ ਤੁਰ ਗਏ ਵਿਧਾਨ ਸਭਾ ਬਣਾਏ ਇਸ ਸਮੇਂ ਤੇ ਆਪ ਸਰਪ੍ਰਮੁੱਖ ਮਾਈ ਭਾਈ ਜਦੋਂ ਸਾਡੇ ਵਿੱਚੋਂ ਸਰਬਿੰਦਰ ਸਿੰਘ ਕਲਿਆਣ ਪ੍ਰੋਗ ਪਿਆਨੇ ਕਰ ਗਏ ਹਨ ਉਹਨਾਂ ਦੀਆਂ ਕਮਰਦਾਸ ਸ਼ਾਮਲ ਹਨ ਗੁਰਬਾਣੀ ਦਾ ਕਥਨ ਰਹਿਣ ਨਾ ਪਾਵੇ ਸੁਰਨਰ ਦੇਵਾ ਊਰ ਸੁਧਾਰੇ ਕਰਮ ਜਨ ਸੇਵਾ ਅਗਲੀ ਬੜੀ ਹੈਰਾਨੀ ਤੱਕ ਸਾਹਿਬ ਨੇ ਕਹੀ ਹੈ ਜੀਵ ਵੇਖੇ ਜਿਹਨੀ ਹਰ ਹਰ ਧਿਆਇਆ ਇੱਥੇ ਦੇਖ ਕੇ ਸਾਧ ਸੰਗਤ ਦੀ ਦਰਸ਼ਨ ਪਾਇਆ ਮੈਂ ਉਹਨਾਂ ਦੇ ਜੀਵਨ ਦੇ ਉਸ ਅੰਗ ਦੀ ਗੱਲ ਕਰਨੀ ਹੈ ਸਿਆਸਤ ਨਾਲ ਸੰਬੰਧਿਤ ਸਾਰੇ ਸਿਰ ਬੈਠੇ ਸਰ ਪ੍ਰਤਪਾਲ ਸਿੰਘ ਬਾਬਾ ਹਰਨੇਕ ਸਿੰਘ ਜੀ ਦੇ ਪਹਿਲੋਈ ਉਹਨਾਂ ਦੇ ਗੁਆਂਢੀ ਸੰਤ ਪ੍ਰੇਰਨਾ ਸ਼੍ਰੀਮਾਨ ਪਰਮ ਪੂਜਨੀਕ ਸ਼੍ਰੀ ਹਜ਼ੂਰ ਬਾਬਾ ਮੀਹਨ ਸਿੰਘ ਜੀ ਮਹਾਰਾਜ ਸਿਆਲਵਾਲੇ ਦੀ ਸੰਗਤ ਜਾਣ ਲੱਗੀ ਗੁਰੂ ਘਰ ਦੇ ਉੱਤੇ ਸ਼ਰਧਾ ਔਰ ਉਹ ਵਿਸ਼ਵਾਸ ਬੰਦੇ ਨੂੰ ਕਿੱਥੇ ਤੱਕ ਲੈ ਜਾਂਦਾ ਹੈ ਇਹ ਦਾਤਾ ਦੇਣ ਦਾ ਦਾਤਾ ਹੈ ਕੌਂਸਲਰ ਦੀ ਇਲੈਕਸ਼ਨ ਲੜੀ ਹਲੇ ਰਿਜ਼ਲਟ ਨਹੀਂ ਸੀ ਆਇਆ ਸਿਆਰ ਚਲੇ ਗਏ ਬਾਬਾ ਰੂਪ ਸਿੰਘ ਉੱਥੋਂ ਇੰਚਾਰਜ ਸੰਤ ਆਠ ਦੇ
ਉਹ ਜਾਂਦੇ ਕਹਿਣ ਲੱਗੇ ਵੀ ਜਿੱਤ ਗਿਆ ਹੈ, ਕਹਿਣ ਲੱਗੇ ਜੀ ਰਿਜ਼ਲਟ ਤਾਂ ਹਜੇ ਨਿਕਲਿਆ, ਕਹਿੰਦੇ ਜਿੱਤ ਗਿਆ, ਜੇ ਸਿੱਧਾ ਇੱਥੇ ਆਇਆ ਹੋਰ ਵੀ ਮਿਲੇਗਾ। ਇਸ ਤਰ੍ਹਾਂ ਤੇ ਸ਼ਰਧਾ ਰੱਖਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ। ਧਾਰਮਿਕ ਜੀਵਨ ਅਪਣਾਇਆ ਔਰ ਸਾਧ ਸੰਗਤ ਇੱਕ ਦਿਨ ਉਹ ਆਇਆ ਕਿ ਜਦੋਂ ਰਾਜ ਸਭਾ ਦੇ ਦੋ ਮੈਂਬਰ ਨਿਯਤ ਹੋਣੇ ਸੀ, ਕਟਾਰੀਆ ਸਾਹਿਬ, ਦੂਸਰਾ ਇਹਨਾਂ ਦਾ ਨਾਮ ਕਿਵੇਂ ਪੈਦਾ ਹੋਇਆ। ਬਾਬਾ ਰੂਪ ਸਿੰਘ ਨੇ ਸਾਹਿਬ ਬੂਟਾ ਸਿੰਘ ਜੀ ਨੂੰ ਇਹ ਗੱਲ ਆਖੀ ਵੀ ਸੰਗਤ ਦੇ ਕੰਮ ਬਹੁਤ ਨੇ, ਤੁਹਾਡਾ ਵਿਆਹ ਬਹੁਤ ਹੈ, ਉਹਦੇ ਮੁਤਾਬਕ ਸਾਨੂੰ ਪੰਜਾਬ ਚੋਂ ਇਹ ਵੀ ਚਾਹੀਦਾ। ਔਰ ਖਾਸ ਤੌਰ ਤੇ ਜਿਸ ਵੇਲੇ ਇਹ ਗੱਲ ਪਹੁੰਚੀ, ਸਰਦਾਰ ਜੀ ਨੇ ਕਿਹਾ ਵੀ ਸਤਿ ਵਚਨ, ਕਿਉਂਕਿ ਬਾਬਾ ਜੀ ਬਾਬਾ ਮੀਆਂ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ ਤੇ ਇੰਨੀ ਸ਼ਰਧਾ ਉਹਨਾਂ ਦੀ ਸਾਰੀ ਜ਼ਿੰਦਗੀ ਰਹੀ, ਉਹਨਾਂ ਨੇ ਨਾਂਹ ਨਹੀਂ ਕੀਤੀ। ਪਰਿਵਾਰ ਦੇ ਥੋੜੇ ਬਹੁਤ ਮਨ ਮੁਟਾ ਦੇ ਬਾਵਜੂਦ ਉਹਨਾਂ ਨੇ ਉਸ ਨੂੰ ਮੈਂਬਰ ਪਾਰਲੀਮੈਂਟ ਬਣਾਇਆ। ਅਸੀਂ ਕਾਗਜ਼ ਭਰ ਰਹੇ ਸੀ ਵਿਧਾਨ ਸਭਾ ਦੇ ਅੰਦਰ, ਆਪਣਾ ਜਾਤੀ ਸ਼ਬਦ ਵਰਤ ਕੇ ਕਹਿਣ ਲੱਗੇ ਮੈਂ ਮਾਮੂਲੀ, ਮੈਨੂੰ ਬਾਬਾ ਜੀ ਨੂੰ ਸੰਗਤ ਕਿੱਥੇ ਪਹੁੰਚਾ ਦਿੱਤਾ, ਮੈਂ ਕਿਹਾ 6 ਸਾਲ ਇਹ ਗੱਲ ਯਾਦ ਰੱਖਣਾ, ਸੰਗਤ ਦੀ ਸੇਵਾ ਕਰਨੀ ਹੈ। ਤੋ ਸੇਵਾ ਕੀਤੀ ਸੰਗਤ ਦੀ ਔਰ ਉਸ ਰੁਤਬੇ ਨੂੰ ਪਾ ਕੇ 6 ਸਾਲ ਸੱਚਮੁੱਚ ਸੰਗਤ ਦਾ ਕੋਈ ਸੱਜਣ ਗਰੀਬ ਤੋਂ ਗਰੀਬ ਸੱਜਣ ਗਿਆ ਉਹਨੂੰ ਕੰਮ ਨੂੰ ਨਾ ਨਹੀਂ ਕੀਤੀ। ਮਹਾਂਪੁਰਖ ਦੀ ਸੰਗਤ ਜਿਹੜੀ ਹੈ, ਬਾਬਾ ਜੀ ਅੰਮ੍ਰਿਤ ਪਾਣੀ ਦਾ ਇੱਕ ਪ੍ਰਮਾਣ ਹੈ, ਮੈਂ ਸਮਾਪਤੀ ਕਰਨ ਲੱਗੇ ਹਾਂ। ਬਾਬਾ ਜੀ ਪੂਰਨ ਮਹਾਂਪੁਰਖ ਸਨ, ਤੁਧ ਧਿਆਨ ਦਿਨ ਧਨ ਪੱਲੇ ਨਾਨਕਾ ਧਨ ਸੋਈ। ਅਸੀਂ ਸਰਬ ਸੰਗਤ ਕਿਸ ਵਾਸਤੇ ਜੁੜੇ ਹਾਂ, ਇਹ ਅਰਦਾਸ ਕਰਨ ਵਾਸਤੇ ਕਿ ਪਿਛਲੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਇਹ ਪਵਿੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਜਿਹੜੀ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਹੀ ਬਹੁਤ ਹੀ ਦੁੱਖ ਦੀ ਘੜੀ, ਸਾਡੇ ਬਹੁਤ ਹੀ ਸਾਰਿਆਂ ਦੇ ਸਤਿਕਾਰਯੋਗ ਮਾਨਯੋਗ ਸਰਦਾਰ ਮਹਿੰਦਰ ਸਿੰਘ ਕਲਿਆਣ ਸਾਹਿਬ, ਸਾਬਕਾ MP, ਉਹਨਾਂ ਦੀ ਆਪਾਂ ਅੰਤਿਮ ਅਰਦਾਸ ਤੱਕ ਜੁੜ ਬੈਠੇ ਹਾਂ। ਹੁਣੇ ਮੇਰੇ ਤੋਂ ਪਹਿਲਾਂ ਬੋਲਦੇ ਹੋਏ ਜੰਗ ਬਹਾਦਰ ਜੀ ਦੱਸ ਰਹੇ ਸੀ ਆਉਂਦੇ ਹੋਏ ਗੱਡੀ 'ਚ, ਅਸੀਂ ਮਲਕੀਤ ਸਿੰਘ ਦਾਖਾ ਜੀ ਉਹਨਾਂ ਬਾਰੇ, ਉਹਨਾਂ ਦੀਆਂ ਯਾਦਾਂ, ਨਿੱਕੀਆਂ ਯਾਦਾਂ ਜਿਹੜੀਆਂ, ਉਹਨਾਂ ਬਾਰੇ ਅਸੀਂ ਗੱਲਾਂ ਕਰਦੇ ਆ ਰਹੇ ਸੀ, ਕਿਉਂਕਿ 1990-91 ਦਾ ਮੈਨੂੰ ਵੀ ਉਹਨਾਂ ਦਾ ਸਾਰਾ ਜਿਹੜਾ ਜ਼ਿੰਦਗੀ ਦਾ ਸਫ਼ਰ ਉਹਦੇ ਬਾਰੇ, ਚਾਹੇ ਛੋਟੀ ਉਮਰ 'ਚ ਪਰ ਮੈਂ ਲਗਾਤਾਰ ਉਹਨਾਂ ਨੂੰ ਦੇਖਦਾ ਰਿਹਾ, ਚਾਹੇ ਉਹਨਾਂ ਨੇ ਬਹੁਤ ਹੀ ਵੱਡੀ ਸ਼ੁਰੂਆਤ ਜਿਹੜੀ ਅਖਬਾਰ ਦੀ ਕੀਤੀ, ਜਿਹੜਾ ਪੰਜਾਬੀ ਰਤਨ 9 ਦਾ ਅਖਬਾਰ ਹੈ ਉਹ ਹਮੇਸ਼ਾ ਕੱਢਦੇ ਰਹੇ, ਤੇ ਜੰਗ ਬਹਾਦਰ ਜੀ ਅਸੀਂ ਜਿੱਦਣ ਉਹਨਾਂ ਦਾ ਸੰਸਕਾਰ ਸੀ, ਮੈਂ ਇਹਨਾਂ ਗੱਲਾਂ ਕਰ ਰਿਹਾ ਸੀ ਵੀ ਜਦੋਂ ਉਹ ਖਾਸ ਤੌਰ 'ਤੇ SC ਦੇ SC ਡਿਪਾਰਟਮੈਂਟ ਉਹ ਲਗਾਤਾਰ 14 ਸਾਲ ਤੋਂ ਉੱਤੇ ਉਹ ਪ੍ਰਧਾਨ ਰਹੇ, ਚੇਅਰਮੈਨ ਰਹੇ, ਅਤੇ ਮੈਂ ਸਮਝਦਾ ਬਹੁਤ ਵੱਡੀ ਉਹਨਾਂ ਦੀ ਖਾਸ ਤੌਰ 'ਤੇ ਸਾਡੇ ਭਾਈਚਾਰੇ ਅਸੀਂ ਭਾਈਚਾਰੇ ਦੀ ਬੜੀ ਵੱਡੀ ਦੇਣ। ਅਤੇ ਗੱਲ ਪਿੱਛੇ ਇਹਨਾਂ ਦਾ ਯਾਦਾਂ ਵੀ ਹੈ, ਜਾਣਾ ਤਾਂ ਸਭ ਨੇ ਆ, ਰਹਿਣਾ ਕਿਸੇ ਨੇ, ਪਰ ਯਾਦ ਆਉਂਦੀ ਹੈ ਕਿਸ ਤਰੀਕੇ ਨਾਲ ਕਾਂਗਰਸ ਪਾਰਟੀ ਦੀ ਜਿਹੜੀ ਆ ਉਹਨਾਂ ਦੀ ਚਿੱਟੇ ਰੰਗ ਦੀ ਪੱਗ, ਚਿੱਟਾ ਕੁੜਤਾ ਪਜਾਮਾ ਪਾ ਕੇ ਜਦੋਂ ਉਹਨਾਂ ਨਿਕਲਣਾ। ਤੇ ਜਦੋਂ ਇੱਕ ਹੋਰ ਗੱਲ ਕਰ ਰਹੇ ਸੀ ਅਸੀਂ ਰਾਖਾ ਜੀ, ਤੇ ਕੌਂਸਲਰ ਤੋਂ ਸਿੱਧਾ ਹੀ ਸਭ ਤੋਂ ਵੱਡਾ ਜਿਹੜਾ ਮੈਂ ਸਮਝਦਾ ਸਿਆਸਤ ਦੇ ਵਿੱਚ ਜਿਹੜੀ ਪਾਰਲੀਮੈਂਟ, ਤੇ ਉਹ ਪਾਰਲੀਮੈਂਟ ਰਾਜ ਸਭਾ ਤੇ ਲੋਕ ਸਭਾ ਜਿਹੜੇ ਸੀਨੀਅਰ ਲੋਕਾਂ ਦੀ ਜਾਂ ਵੱਡੀ ਜਿਹੜੀ ਮੰਨੀ ਜਾਂਦੀ ਹੈ ਉਹ ਰਾਜ ਸਭਾ ਹੁੰਦੀ ਹੈ, ਤੇ ਉਸ ਰਾਜ ਸਭਾ 'ਚ ਉਹ ਵਿਰਾਜਮਾਨ ਹੋਏ। ਕਿਆ ਬੈਠੇ ਬਿਲਾਈ ਸਾਹਿਬ MLA ਸਾਹਿਬ ਦੱਸ ਰਹੇ ਸੀ ਵੀ ਜਦੋਂ ਉੱਦਣ ਜਿਹੜਾ ਉਹਨਾਂ ਦਾ ਸਰਟੀਫਿਕੇਟ ਸੀ ਇਹ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਮਾਣ ਦੇਣ ਦੀ ਗੱਲ ਹੁੰਦੀ ਆ ਵੀ ਜਿਹੜਾ MP ਹੋਣ ਦਾ ਜਿਹੜਾ ਸਰਟੀਫਿਕੇਟ ਉਹਨਾਂ ਨੂੰ ਮਿਲ ਰਿਹਾ ਸੀ, ਤੇ ਵੈਦ ਸਾਹਿਬ ਉੱਥੇ ਮੌਜੂਦ ਸੀ, ਇਹਨਾਂ ਨੂੰ ਕਹਿੰਦੇ ਤੁਸੀਂ
ਇਸ ਨੂੰ ਲਓ ਹੱਥ ਲਾਓ ਕਿਉਂਕਿ ਇੱਕ ਇੱਕ ਇਸ ਲੈਵਲ 'ਤੇ ਜਾ ਕੇ ਉਹਨਾਂ ਨੂੰ ਇੱਕ ਸੀ ਵੀ ਸਾਡੀ ਬਰਾਦਰੀ 'ਚੋਂ ਵੱਧ ਤੋਂ ਵੱਧ ਜਿਹੜੇ ਲੋਕ ਨੇ ਉਹ IAS ਬਣਨ IPS ਬਣਨ ਵੱਡੀਆਂ ਅਹੁਦਿਆਂ 'ਤੇ ਪਹੁੰਚਣ ਹਮੇਸ਼ਾ ਆਪਣੀ ਪਾਰਟੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਮੁੱਖ ਮੰਤਰੀ ਪੰਜਾਬ ਖਾਸ ਤੌਰ 'ਤੇ ਸੁਨੀਲ ਜਾਖੜ ਜੀ ਸਾਡੇ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਉਹਨਾਂ ਵੱਲੋਂ ਅਤੇ ਸਾਰੇ ਸਾਡੇ ਲੀਡਰਸ਼ਿਪ ਜਿਹੜੀ ਮੌਜੂਦ ਆ ਉਹਨਾਂ ਵੱਲੋਂ ਜਿੱਥੇ ਹਾਜ਼ਰੀ ਲਵਾਉਣਾ ਪਰਿਵਾਰ ਨਾਲ ਦੁੱਖ ਸ਼ਰੀਕ ਹੁੰਦੇ ਹਾਂ ਅਤੇ ਗੁਰੂ ਮਹਾਰਾਜ ਨੇ ਉਹਦੇ ਸਾਰਿਆਂ ਨੇ ਆਪਾਂ ਰਲ ਕੇ ਅਰਦਾਸ ਕੀਤੀ ਹੈ ਪਰਮਾਤਮਾ ਉਸ ਸੁੱਚੀ ਪਵਿੱਤਰ ਆਤਮਾ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਗੇ ਅਤੇ ਪਿੱਛੇ ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਮੌਜੂਦ ਸੰਗਤ ਸੰਗਤ ਜੀ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਵੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਪਰਿਵਾਰ ਵੱਲੋਂ ਹੁਕਮ ਹੋਇਆ ਕਿ ਜਿੰਨੇ ਵੀ ਸਾਡੇ ਇੱਥੇ ਦੋਸਤ ਮਿੱਤਰ ਰਿਸ਼ਤੇਦਾਰ ਅਫੀਸਰ ਸਾਹਿਬਾਨ ਸਾਡੇ ਪੋਲੀਟੀਕਲ ਲੀਡਰ ਸਾਰੀਆਂ ਪਾਰਟੀਆਂ ਦੇ ਸ਼੍ਰੋਮਣੀ ਅਕਾਲੀ ਦਲ ਤੋਂ ਆਪ ਤੋਂ ਕਾਂਗਰਸ ਦੇ ਲੀਡਰ ਸਾਹਿਬਾਨ ਆਏ ਨੇ ਤੁਸੀਂ ਸਾਰੇ ਜਣੇ ਸਰਦਾਰ ਅਮਰਿੰਦਰ ਸਿੰਘ ਕਲਿਆਣ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਏ ਹੋ ਤੁਹਾਡੇ ਸਾਰਿਆਂ ਦਾ ਧੰਨਵਾਦ ਵੀ ਕੀਤਾ ਜਾਂਦਾ ਮੈਂ ਦੋ ਗੱਲਾਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਨੀਆਂ ਚਾਹੂੰਗਾ ਕਿ ਸਰਦਾਰ ਮਹਿੰਦਰ ਸਿੰਘ ਕਲਿਆਣ ਦੀ ਜਿਹੜੀ ਸੋਚ ਸੀ ਉਹ ਕਿੰਨੀ ਦੂਰਦਰਸ਼ੀ ਸੀ ਮੈਂ 8ਵੀਂ ਕਲਾਸ ਪਾਸ ਕੀਤੀ ਤਾਂ ਉਹਨਾਂ ਨੇ ਮੈਨੂੰ ਉਦੋਂ IAS ਦਾ ਇਗਜ਼ਾਮ ਹੁਣ ਵੀ ਜੂਨ ਦੇ ਵਿੱਚ ਪ੍ਰੀਲਿਮਨਰੀ ਹੁੰਦਾ ਹਾਲੇ ਤਾਂ ਬਹੁਤ ਸਮਾਂ ਪਿਆ ਮੈਨੂੰ ਕਹਿਣ ਲੱਗੇ ਨਹੀਂ ਕੁਲਦੀਪ ਤੂੰ ਬੇਟੇ ਨੂੰ ਪੜ੍ਹ ਤੈਨੂੰ ਪਤਾ ਲੱਗੇਗਾ ਕਿ ਜਿਹੜਾ ਸਿਵਲ ਸਰਵਿਸ ਦੇ ਇਗਜ਼ਾਮ ਦਾ ਸਿਲੇਬਸ ਕੀ ਹੁੰਦਾ ਅਸੀਂ ਜਦੋਂ ਮੈਂ PCS ਬਣਿਆ ਉਹਨਾਂ ਨੇ ਕਦੇ ਲਫ਼ਜ਼ ਨਹੀਂ ਸੀ ਵਰਤਿਆ ਕਿ ਕੋਈ SDM ਮਿਲਣਾ ਉਹਨਾਂ ਨੇ ਕਹਿਣਾ ਮੇਰਾ ਪੁੱਤ DC ਹੈ ਹਮੇਸ਼ਾ ਹੀ ਉਹਨਾਂ ਨੇ ਇਹ ਲਫ਼ਜ਼ ਨਾਲ ਮੈਨੂੰ ਐਡਰੈਸ ਕਰਨਾ ਇਹ ਸੋਚ ਸੀ ਸਰਦਾਰ ਮਹਿੰਦਰ ਸਿੰਘ ਕਲਿਆਣ ਜੀ ਜਿਹਦੀ ਅਤੇ ਉਹਨਾਂ ਦੇ ਜਿਹੜੀ ਪਤਨੀ ਸੀ ਸਾਡੀ ਆਂਟੀ ਜੀ ਉਹਨਾਂ ਦੀ ਜਿਹੜੀ ਬਿੱਟੂ ਜੀ ਨੇ ਇੱਕ ਵਾਕਿਆ ਦੱਸਿਆ ਹੈ ਬਿਲਕੁਲ ਸਹੀ ਹੈ ਬਹੁਤ ਸਾਰੇ ਲੋਕ ਇਸ ਗੱਲ ਦੇ ਗਵਾਹ ਨੇ ਜਦੋਂ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਰਾਜਿਆ ਸਭਾ ਦਾ ਮੈਂਬਰ ਬਣਾਇਆ ਗਿਆ ਵਿਧਾਨ ਸਭਾ ਦੇ ਵਿੱਚ ਸੈਕਰਟਰੀ ਨੇ ਉਹਨਾਂ ਨੂੰ ਸਰਟੀਫਿਕੇਟ ਦੇਣਾ ਸੀ ਉੱਥੇ ਸਾਡੇ ਸ਼ਹੀਦ ਆਜ਼ਮ ਮਰਹੂਮ ਸਰਦਾਰ ਬੇਅੰਤ ਸਿੰਘ ਜੀ ਵੀ ਮੌਜੂਦ ਸੀ ਉਹ ਸਰਟੀਫਿਕੇਟ ਉਹਨਾਂ ਨੇ ਰਾਜਿਆ ਸਭਾ ਦੇ ਮੈਂਬਰ ਦਾ ਆਪ ਹੀ ਫੜਿਆ ਉਹ ਸਰਟੀਫਿਕੇਟ ਉਹਨਾਂ ਨੇ ਮੈਨੂੰ ਫੜਾਇਆ ਬੜੀ ਮਾਣ ਵਾਲੀ ਗੱਲ ਸੀ ਇਹ ਬਿਲਕੁਲ ਠੀਕ ਹੈ ਕਿ ਮੈਂ ਬਿੱਟੂ ਜੀ ਨੇ ਕਿਹਾ ਕਿ ਉਹਨਾਂ ਨੂੰ ਇਹ ਉਹਨਾਂ ਦੀ ਹਮੇਸ਼ਾ ਸੋਚ ਰਹਿੰਦੀ ਸੀ ਕਿ ਉਹਨਾਂ ਦੇ ਪਰਿਵਾਰ ਦੇ ਉਹਨਾਂ ਦੀ ਕੌਮ ਦੇ ਜਿਹੜੇ ਬੱਚੇ ਹੈ ਉਹਨਾਂ ਨੂੰ ਤਾਲੀਮ ਦਿੱਤੀ ਜਾਵੇ ਉਹਨਾਂ ਨੂੰ ਪੜ੍ਹਾਇਆ ਲਿਖਿਆ ਜਾਏ ਅਤੇ ਉਹਨਾਂ ਨੂੰ ਉੱਚੇ ਅਹੁਦਿਆਂ 'ਤੇ ਪਹੁੰਚਾਇਆ ਜਾਏ ਮੈਂ ਇੱਕ ਵਾਰੀ ਫਿਰ ਸਾਰੀ ਸਾਧ ਸੰਗਤ ਦਾ ਰਿਸ਼ਤੇਦਾਰਾਂ ਦਾ ਦੋਸਤਾਂ ਮਿੱਤਰਾਂ ਦਾ ਭੈਣ ਭਰਾਵਾਂ ਦਾ ਪ੍ਰੈਸ ਵਾਲੇ ਵੀ ਇੱਥੇ ਬੈਠੇ ਨੇ ਸਾਰੀ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਵੀ ਇੱਥੇ ਬੈਠੇ ਨੇ ਚਾਹ ਦਾ ਲੰਗਰ ਅਤੇ ਲੰਗਰ ਤਿਆਰ ਹੈ ਜੀ ਜੇ ਕਿਸੇ ਵੀ ਸਾਡੇ ਮਾਈ ਭਾਈ ਨੇ ਲੰਗਰ ਨਹੀਂ ਛੱਡਿਆ ਤਾਂ ਉਹ ਪਰਿਵਾਰ ਵੱਲੋਂ ਬੇਨਤੀ ਹੈ ਜੀ ਕਿ ਉਹ ਲੰਗਰ ਛੱਡ ਕੇ ਜਾਣਗੇ ਤੁਹਾਡੇ ਸਾਰਿਆਂ ਦੇ ਇੱਥੇ ਆਉਣ 'ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ